ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅਸਲਾਮੁ ਅਲੈਕੁਮ ਵੇਰਿਓ, ਤੁਸੀਂ ਆਪਣਾ ਸਰਕੀਆਂ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਜਿਸ਼ਾਨ ਪਰਮਾਵਤ ਤੇ ਰੋਜ਼ਾਨਾ ਦੀ ਨਵੀਂ ਤੋਂ ਨਵੀਂ ਤੇ ਅੱਛੀ ਤੋਂ ਅੱਛੀ ਵੀਡੀਓ ਲੈ ਕੇ ਜ਼ਰੂਰ ਵੀਡੀਓ ਮੀਟ ਕਰਨਾ। ਇਨਸ਼ਾਅੱਲਾ ਭਰਾਵਾਂ ਨੂੰ ਵੀਡੀਓ ਪਸੰਦ ਆਉਂਦੀ ਹੈ, ਵੀਡੀਓ ਨੂੰ ਲਾਈਕ ਵੀ ਕਰ ਦਿਓ, ਵੀਡੀਓ ਸ਼ੇਅਰ ਵੀ ਕਰ ਦਿਓ। ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਔਰ ਬੈਲ ਆਈਕਨ ਦਾ ਬਟਨ ਜਿਹੜਾ ਜ਼ਰੂਰ ਦਬਾ ਲੈਣਾ ਤਾਂ ਕਿ ਸਾਡੀ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਜਿਹੜੀ ਹੈ ਭਰਾਵਾਂ ਤੱਕ ਆਸਾਨੀ ਪਹੁੰਚ ਸਕੇ। ਵੀਡੀਓ ਜਿਹੜੀ ਬਣਾਉਣ ਲੱਗੇ ਵੀਡੀਓ ਇਸ ਤਰ੍ਹਾਂ ਇਸ ਡੇਰੇ ਦੀ ਵੀਡੀਓ ਜਿਹੜਾ ਨਾ ਤੁਸੀਂ ਅੱਗੇ ਵੀ ਵੇਖਦੇ ਪਏ ਕਿ ਇਹਨਾਂ ਦੀ ਵੀਡੀਓ ਜਿਹੜੀ ਹੈ ਨਾ ਇਹ ਅਪਲੋਡ ਹੁੰਦੀ ਵੀ ਅਲਹਮਦੁਲਿਲਾ ਇਸ ਡੇਰੇ ਤੋਂ ਇਸ ਚਿਹਰੇ ਤੋਂ ਜਿਹੜਾ ਹੈ ਨਾ ਇਹ ਸਾਰੇ ਦੋਸਤ ਬਾਹੂਬੀ ਵਾਕਫ ਨੇ ਕਿ ਭਾਈ ਨਸੀਰ ਅਹਿਮਦ ਲੰਗੜਿਆਲ ਵਾਲੇ ਦੀ ਜਿਹੜਾ ਹੈ ਨਾ ਇਹ ਵੀਡੀਓ ਲੱਗੀ ਹੈ ਬਣਨ ਤੇ। ਅੱਜ ਜਿਹੜੀ ਵੀਡੀਓ ਹੈ ਨਾ ਇਸ ਵੀਡੀਓ ਦੇ ਵਿੱਚ ਨਾ ਮਜ਼ਾ ਲੱਗਣੀਆਂ ਨੇ ਤਿੰਨ, ਜਿਨ੍ਹਾਂ ਦੇ ਵਿੱਚੋਂ ਇੱਕ ਝੋਟੀ ਜਿਹੜੀ ਹੈ ਸੱਜਣ ਸੂਈ ਔਰ ਦੋ ਜਿਹੜੀਆਂ ਨੇ ਇਹ ਗੱਭਣਾ ਨੇ ਤਿਆਰ ਨੇ, ਤਿੰਨ ਜਿਹੜੀਆਂ ਨੇ ਮੱਝਾਂ ਨੇ ਤੇ ਮੱਝਾਂ ਵੇਖ ਲੈਣੀਆਂ ਨੇ। ਅਗਲੀ ਗੱਲਬਾਤ ਜਿਹੜੀ ਹੈ ਨਾ ਉਹ ਤੁਸੀਂ ਪਿੱਤਰ ਜਾਣਦੇ ਜਿਹੜੇ ਜਿਹੜੇ ਭਰਾ ਨੂੰ ਪਸੰਦ ਆਵੇ ਭਾਈ ਨਸੀਰ ਦਾ ਨੰਬਰ ਜਿਹੜਾ ਇਹ ਸਕਰੀਨ ਤੇ ਲੱਗ ਜਾਣਾ, ਰਾਬਤਾ ਕਰਕੇ ਆਪਣਾ ਸੌਦਾ ਜਿਹੜਾ ਜੀ ਫੈਨ ਕਰ ਲੈਣਾ। ਬਾਕੀ ਵੀਡੀਓ ਦਾ ਐਡਰੈਸ ਅੰਜੇ ਕਜ਼ਿਲਾ ਜਿਹੜਾ ਜੀ ਗੁਜਰਾਤ ਹੈ, ਤਹਿਸੀਲ ਜਿਹੜੀ ਇਹਨਾਂ ਦੀ ਖਾਰੀਆਂ ਤੇ ਪਿੰਡ ਜਿਹੜਾ ਜੀ ਇਹਨਾਂ ਦਾ ਲੰਗੜਿਆਲ ਹੈ। ਲੱਕੇ ਚ ਇਹਨਾਂ ਦੀ ਇਸ ਤਰ੍ਹਾਂ ਕਿਸੇ ਵੀ ਭਰਾ ਨਾ ਹੋਵੇ, ਗੁਜਰਾਤ ਤੋਂ ਨਿਕਲ ਕੇ ਆ ਜਾਣਾ ਗੁਲਿਆਣੇ ਔਰ ਗੁਲਿਆਣੇ ਤੋਂ ਜਿਹੜਾ ਰੋਡ ਨਿਕਲਦਾ ਨਾ ਕੋਟਲੇ ਵਾਲਾ, ਉਸ ਰੋਡ ਦੇ ਉੱਤੇ ਆਪਣੇ ਤੱਕ ਤਕਰੀਬਨ ਜਿਹੜਾ ਨਾ 6 ਜਾਂ 7 ਕਿਲੋਮੀਟਰ ਤੋਂ ਬਾਅਦ ਇਹਨਾਂ ਦਾ ਪਿੰਡ ਆਉਂਦਾ। ਇਹ ਇਹਨਾਂ ਦੇ ਲੱਕੇ ਚ ਨਗਰ ਕੋਟਲੇ ਵਾਲੀ ਸਾਈਡ ਤੋਂ ਆਉਣਾ ਹੋਵੇ ਤੇ ਕੋਟਲੇ ਦੇ ਨਾਲ ਜਿਹੜਾ ਨਾ 2 ਕਿਲੋਮੀਟਰ ਤੋਂ ਬਾਅਦ ਇਹਨਾਂ ਦਾ ਪਿੰਡ ਆਉਂਦਾ। ਇਹ ਇਹਨਾਂ ਦੇ ਲੱਕੇ ਚ ਨੇ ਮਜ਼ੀਦ ਨੰਬਰ ਜਿਹੜਾ ਨਾ ਇਹ ਭਾਈ ਨਸੀਰ ਦਾ ਸਕਰੀਨ ਤੇ ਲੱਗ ਜਾਣਾ। ਲੋਕੇਸ਼ਨ ਜਿਹੜੀ ਹੈ ਉਹ ਇਹਨਾਂ ਕੋਲ ਵਟਸਐਪ ਤੇ ਮੰਗਾ ਲੈਣੀ ਹੈ। 12 ਹਫ਼ਤਾ ਤਾਰੀਖ ਵੀ ਬਣਦੀ ਹੈ 10 ਅਗਸਤ 2024। ਬਾਕੀ ਅੱਲਾ ਪਾਕ ਰੱਖੇ ਹਰ ਤੇ ਬਿੱਲਾ ਤੱਕੀ ਜਿਹੜਾ ਨਾ ਵੀਡੀਓ ਕਰਨੇ ਆ ਜੀ ਸ਼ੁਰੂ। ਆਓ ਜੀ ਭਾਈ ਨਸੀਰ, ਸਲਾਮ ਦੁਆ ਕਰੋ ਜੀ ਆਪਣੇ ਚਾਹਣ ਵਾਲਿਆਂ ਨੂੰ। ਭਾਈ ਸ਼ਾਨ ਜਿੱਥੇ ਵੀ ਸਾਨੂੰ ਭਰਾ ਦੇਖਦੇ ਨੇ ਬਾਹਰ ਦੇ ਮੁਲਕ ਜਾਂ ਮੁਲਕ ਦੇ ਵਿੱਚ, ਉਹਨਾਂ ਨੂੰ ਸਾਡੀ ਤਰਫੋਂ ਸਲਾਮ। ਦੂਸਰਾ ਇਹ ਆਜ਼ਾਦੀ ਦਾ ਮਹੀਨਾ, ਇਸ ਮਹੀਨੇ ਦੇ ਵਿੱਚ ਸਾਨੂੰ ਆਜ਼ਾਦੀ ਮਿਲੀ ਸੀ, ਆ ਮੁਲਕ ਪਾਕਿਸਤਾਨ ਦੀ ਨਿਮਤ ਮਿਲੀ। ਸਾਰਿਆਂ ਅੱਗੇ ਇਹ ਗੁਜ਼ਾਰਿਸ਼ ਹੈ, ਦੁਆ ਕਰੋ ਅੱਲਾਹ ਪਾਕ ਇਸ ਮੁਲਕ ਨੂੰ ਤਾਂ ਕਿਆਮਤ ਆਬਾਦ ਰੱਖੇ ਇਨਸ਼ਾਅੱਲਾ ਜਨਾਬ। ਔਰ ਅੱਲਾਹ ਪਾਕ ਜਨਾਬ ਜਿੱਥੇ ਜਿੱਥੇ ਵੀ ਭਰਾ ਬਹਿ ਕੇ ਵੀਡੀਓ ਵੇਖਦੇ ਹੋ ਇਸੇ ਤਰ੍ਹਾਂ ਜਿਹੜਾ ਨਾ ਹੱਸਦੇ ਰਹੋ ਤੇ ਵੱਸਦੇ ਰਹੋ, ਵੀਡੀਓ ਤੱਕਦੇ ਰਹੋ ਤੇ ਸ਼ੇਅਰ ਜਿਹੜਾ ਹੈ ਨਾ ਇਹ ਕਰਦੇ ਰਹੋ। ਲੋ ਜੀ ਕਰੀਏ ਵੀਡੀਓ ਸ਼ੁਰੂ ਜੀ, ਬਿਸਮਿਲ੍ਲਾ ਕਰੋ ਭਾਈ ਸ਼ਾਨ। ਨੰਬਰ 1 ਤੇ ਸੂਈ ਲਾਣੀ ਲਾਣੀ ਲੋ ਜੀ ਖੋਲੋ ਜੀ ਆਫਰ ਸਾਹਿਬ, ਝੋਟੀ ਜਿਹੜੀ ਹੈ ਨਾ ਜੀ ਸੂਈ ਇੱਕ ਵਾਰੀ ਬਲਾਲਤ ਕਾਇਦ ਹੈ, ਬਾਕੀ ਜਿਹੜੀ ਗੱਲਬਾਤ ਹੈ ਨਾ ਜਨਾਬ ਉਹ ਸਾਰੀ ਇਨਸ਼ਾਅੱਲਾ ਇੱਕ ਇੱਕ ਤੇ ਜਾ ਕੇ ਤਫਸੀਲ ਜਿਹੜੀ ਹੈ ਨਾ ਇਹ ਭਾਈ ਨਸੀਰ ਕੋ ਪੁੱਛ ਲੈਣੇ। ਲੋ ਜੀ ਨੰਬਰ 1 ਤੇ ਸੂਈ ਇੱਕ, 2 ਜਨਾਬ ਗੱਭਣਾ ਔਰ ਤਿਆਰ ਜਿਹੜਾ ਹੈ ਨਾ ਮੱਝਾਂ ਅੱਜ ਦੇ ਵੀਡੀਓ ਦੇ ਵਿੱਚ ਲੱਗਣੀਆਂ ਨੇ। ਲੋ ਜੀ ਭਾਈ ਨਸੀਰ ਨੰਬਰ 1 ਸੁਬਾ ਕੇ ਲਿਆ ਜੇ ਮਜੀ ਨੇ ਭਾਈ ਸਾਹਿਬ, ਦੂਸਰਾ ਸੁਬਾ ਸੂਈ ਜੇ ਠੀਕ ਹੋ ਗਿਆ ਜਨਾਬ। ਲੋ ਜੀ ਦੂਜਣ ਝੋਟੀ ਜਨਾਬ ਸੂਈ ਹੈ, ਫਿਰ ਮੁੱਛ ਬੱਗੀ ਹੈ, ਅੱਖਾਂ ਚ ਕਰਨੀਆਂ ਨੇ ਦੋਵੇਂ ਇੱਕੋ ਜਿਹੀਆਂ ਜੀ ਬਿਲਕੁਲ ਜਨਾਬ ਜੈਨੂਅਨ ਠੀਕ ਹੈ ਜੀ ਬਿਲਕੁਲ ਜੀ ਸਿੰਘ ਜੈਨੂਅਨ। ਔਰ ਭਾਈ ਨਸੀਰ ਕਿੰਨੇ ਕੁ ਦਿਨਾਂ ਦੀ ਝੋਟੀ ਸੂਈ ਭਾਈ ਸਾਹਿਬ? 8-9 ਦਿਨਾਂ ਦੀ ਸੂਈ ਜੇ। ਲੋ ਜੀ ਮੈਲਾ ਹੀ ਹੈ ਸੱਤਣਾ, ਮੈਲਾ ਹੀ ਹੈ ਸੱਤਣਾ ਠੀਕ ਹੋ ਗਿਆ ਜਨਾਬ। 8 ਤੋਂ 9 ਡੰਗ ਹੋ ਗਏ ਨੇ ਸੋਏ ਆ, ਔਰ ਫਿਰ
ਅੱਡੀ ਪੁੱਠਾ ਹਾਈਟ ਵੇਲ ਸਿੰਗੀ ਅੱਖਾਂ ਕੰਨ ਲਿਬਾਸ ਜਿਹੜਾ ਨਾ ਇਹ ਮੁਕੰਮਲ ਚੈੱਕ ਕਰ ਲੈਣਾ ਤੇ ਬੱਚਾ ਕੀ ਜੇ ਮਗਰ ਇਹਦੇ ਪਿੱਛੇ ਕੱਟਾ ਜੇ ਭਾਈ ਜਾਨ ਲੋ ਜੀ ਮਗਰ ਇਹਦੇ ਕੱਟਾ ਜਿਹੜਾ ਨਾ ਭਾਈ ਨਸੀਰ ਕੀ ਦੁੱਧ ਇਸ ਟਾਈਮ ਝੋਟੀ ਕਰਦੀ ਹੈ ਭਾਈ ਦੁੱਧ ਇਸ ਟਾਈਮ ਜਿਹੜਾ ਇਹਦੇ ਕੋਲ ਸਾਰਾ ਨਿਚੋੜ ਹੈ 12 ਕਿਲੋ ਹੈ ਠੀਕ ਹੈ ਅਸੀਂ ਤਸੱਲੀ 11 ਕਿਲੋ ਦੀ ਦੇਣੀ ਕਿਲੋ ਘੱਟ ਦੱਸਣਾ ਲੋ ਜੀ ਬਾਰਵਾਂ ਛੱਡ ਦੇਣਾ ਬਾਰਵਾਂ ਛੱਡ ਦੇਣਾ ਜਿਸ ਵੀ ਭਰਾ ਨੂੰ ਪਸੰਦ ਆਵੇ ਨਾ ਇਹ 11 ਕਿਲੋ ਜਨਾਬ ਹਾਜ਼ਰ ਮੌਕਿਆ ਤੇ ਸਾਰੀ ਦਾ ਨਾ ਸਾਰੀ ਦਾ ਨਿਚੋੜ ਦੁੱਧ ਦੱਸਣਾ ਭਾਈ ਕੋਈ ਬੱਚੇ ਨੂੰ ਅੱਧਾ ਥਾਂ ਛੱਡੇ ਥਾਂ ਛੱਡੇ ਜੀ ਠੀਕ ਹੈ ਲੋ ਜੀ ਆਪਣੇ ਘਰ ਜਾ ਕੇ ਜਿਸ ਤਰ੍ਹਾਂ ਦਾ ਦਿਲ ਕਰੇ ਵੈਰੀ ਗੁੱਡ ਜਨਾਬ ਹਾਜ਼ਰ ਮੌਕਿਆ ਕੁੰਜ ਕੇ ਝੋ ਲੈਣੀ ਹੈ ਕੁੰਜ ਕੇ ਝੋ ਔਰ ਸਾਰੀ ਕੋਲੇ ਜਿਹੜਾ ਨਾ ਜਨਾਬ ਹਾਜ਼ਰ ਮੌਕਿਆ 12 ਲੇਕਿਨ 1 ਕਿਲੋ ਛੱਡ ਕੇ 11 ਕਿਲੋਆਂ ਦੀ ਜਿਹੜਾ ਇਹ ਤਸੱਲੀ ਦੇਣੀ ਹੈ ਜਿੱਥੋਂ ਵੀ ਕੋ ਭਰਾ ਆਵੇ 2 ਟਾਈਮ 3 ਟਾਈਮ 4 ਟਾਈਮ ਜਿਹੜਾ ਨਾ ਆ ਕੇ ਆਪਣੀ ਤਸੱਲੀ ਕਰੇ ਲੋ ਜੀ ਭਾਈ ਨਸੀਰ ਬਿਸਮਿਲ੍ਲਾ ਪੜੋ ਜਨਾਬ ਕਿਸੇ ਭਰਾ ਨੂੰ ਪਸੰਦ ਆਵੇ ਨਾ ਇਹ ਲਾਲੇ ਦੀ ਜਾਨ ਕਿੰਨੇ ਦੀ ਜਨਾਬ ਨੇ ਝੋਟੀ ਦੇ ਸਕਣੀ ਹੈ ਭਾਈ ਜਾਨ ਜੇ ਤੇ ਮੱਝ ਆਲੂ ਦੇਖੀਏ ਨਾ ਤੇ ਉਸ ਹਿਸਾਬ ਨਾਲ ਪੈਸੇ ਦੇ 4 ਲੱਖ ਤੋਂ ਬਾਹਰ ਮੁੱਲ ਬਣਦਾ ਪਰ ਅਸੀਂ ਉਹ ਕੰਮ ਕੋ ਨਹੀਂ ਕਰਨਾ ਮੱਝ ਮੇਰੀ ਦੀ ਧੁੰਨੀ ਕੋਲੀ ਅੱਡੀ ਸਾਰਾ ਕੁਝ ਭਰਾਵਾਂ ਤੱਕ ਲਿਆ ਬਹਾਨੇ ਦਾ ਜਿੰਨਾ ਰੂਹ ਹੈਗਾ ਉਤਨਾ ਪਿਛੇ ਜੀ ਬਿਲਕੁਲ ਜਨਾਬ ਇੱਕੋ ਜਿਹੀ ਹੋਵੇਗੀ ਚੋਰਸ ਠੀਕ ਹੈ ਤੇ ਅਸੀਂ ਉਹ ਗੱਲਾਂ ਕੋ ਨਹੀਂ ਕਰਨੀਆਂ ਪੱਕੇ ਬੀਟੇ ਪੈਸੇ ਲਾਣੇ ਨੇ ਭਰਾਵਾਂ ਕੇ ਹਰ ਵਾਰੀ ਇਹ ਗੁਜ਼ਾਰਿਸ਼ ਹੁੰਦੀ ਹੈ ਕਿ ਮੁੱਲ ਮੇਰੇ ਪੱਕੇ ਹੋਵਣ ਦੇ ਕੋਈ 2-4 ਹਜ਼ਾਰ ਦਾ ਫਰਕ ਰੱਖ ਕੇ ਵੈਰੀ ਗੁੱਡ ਜਨਾਬ 3,85,000 ਰੁਪਏ ਦੀ ਮਾਈ ਜੀ ਜਾ ਰਾਜ਼ੀ ਆ ਤੇਰੇ ਤੋਂ ਜਿਸ ਭਰਾ ਨੂੰ ਪਸੰਦ ਆਵੇ ਲੋ ਜੀ 3,85,000 ਬੁਲਾ ਲੈ ਇੱਧਰ ਬੱਚਾ ਵੀ ਜਿਹੜਾ ਨਾ ਇੱਕ ਵਾਰੀ ਵਹਾਣਾ ਕੱਟਾ ਜਿਹੜਾ ਨਾ ਜਨਾਬ 5 ਕਲਿਆਣ ਮੈਲਾ ਜਿਹੜਾ ਨਾ ਜਨਾਬ ਆਈਏ ਝੋਟੀ ਨੇ ਸੱਟਣਾ ਲੋ ਜੀ ਨੰਬਰ 1 3,85,000 ਔਰ ਆਏ ਬੰਦੇ ਦੀ ਕਦਰ ਜਿਹੜੀ ਹੈ ਨਾ ਇਹ ਜ਼ਰੂਰ ਹੋਵੇਗੀ ਲਿਆਓ ਜੀ ਅੱਗੇ ਖੋਲੋ ਜੀ ਹਫਤ ਸਾਹਿਬ ਨੰਬਰ 2 ਤੇ ਫਿਰ ਭਾਈ ਨਸੀਰ ਕਾਲਾ ਬ੍ਰਾਂਡ ਜਿਹੜਾ ਕਾਲਾ ਬ੍ਰਾਂਡ ਭਾਈ ਸ਼ਾਨ ਮਾਸ਼ਾਅੱਲਾ ਜਨਾਬ ਸੁਰਮਿਆਰ ਜਿਹੜਾ ਹੈ ਨਾ ਹਾਂਜੀ ਇਹ ਮੱਝੀ ਦਾ ਰੰਗ ਚੈੱਕ ਕਰਨਾ ਕਿੰਨਾ ਸ਼ਿਕਾਲੀ ਉਹ ਕਾਲੀ ਜਿਹੜਾ ਨਾ ਸਿਰਫ ਪੂਛਾਂ ਦੇ ਵਿੱਚ ਵਾਲ ਜਿਹੜਾ ਨਾ ਇਹ ਚਿੱਟੇ ਨੇ ਬਾਕੀ ਸਾਰੀ ਇੱਕ ਰੰਗ ਦੇ ਵਿੱਚ ਔਰ ਗੱਭਣ ਹੈ ਸੁਬਹ ਕੇ ਲੈਣਾ ਜੇ ਮੱਝੀ ਨੇ ਭਾਈ ਸਾਹਿਬ ਇਹਨੇ ਵੀ ਦੂਸਰਾ ਸੁਬਹ ਸੋਣਾ ਜੇ ਠੀਕ ਹੈ ਇਹ ਵੀ ਸਿੰਘ ਜਾਨਵਰ ਨਾ ਮੰਦੇ ਬਿਲਕੁਲ ਕਿੰਗਰੀ ਵਾਲਾ ਸਿੰਘ ਹੈ ਔਰ ਫੱਟੀ ਵਾਲਾ ਹੋਵੇ ਫੱਟੀ ਵਾਲਾ ਮਾਸ਼ਾਅੱਲਾ ਜਨਾਬ ਕਿੰਗਰੀ ਵਾਲਾ ਔਰ ਫੱਟੀ ਵਾਲਾ ਜਿਹੜਾ ਨਾ ਇਹ ਝੋਟੀ ਨੂੰ ਜਨਾਬ ਸਿੰਘ ਲੱਗੇ ਹੈ ਦੂਜਣ ਮਾਸ਼ਾਅੱਲਾ ਜਨਾਬ ਝੋਟੀ ਹੈ ਔਰ ਹਾਈਟ ਵੇਲ ਰੰਗ ਮਾਸ਼ਾਅੱਲਾ ਜਨਾਬ ਝੋਟੀ ਦਾ ਭਰਾਵਾਂ ਨੇ ਆਪ ਚੈੱਕ ਕਰਨਾ ਔਰ ਹਣ ਜਿਹੜਾ ਝੋਟੀ ਨੂੰ ਲੱਗੇ ਆ ਨਾ ਇਹ ਵੀ ਜਨਾਬ ਚੈੱਕ ਕਰਨਾ ਕਿ ਇੱਕ ਮੁੱਠ ਔਰ ਰੁਗ ਰੁਗ ਦਾ ਜਿਹੜਾ ਨਾ ਇਹ ਝੋਟੀ ਨੂੰ ਥਣ ਲੱਗੇ ਆ ਲੋ ਜੀ ਭਾਈ ਨਸੀਰ ਅਈ ਕਿੰਨੇ ਕੁ ਦਿਨ ਝੋਟੀ ਲੈ ਜਾਣੇ ਨੇ ਜਾਨ ਤੇ 3-4 ਲੈ ਜੇ ਕਿ ਕੋ ਰੱਬੀ ਕੰਮਾਂ ਦਾ ਪਤਾ ਕੋ ਨਹੀਂ ਰਾਤੀ ਸੂਪ ਹੋਵੇ ਕੱਲ ਸੂਪ ਹੋਵੇ ਠੀਕ ਹੋ ਗਿਆ ਜੇ ਅੰਦਾਜ਼ਾ ਨਹੀਂ ਇਹ 3-4 ਦਿਨ ਨਹੀਂ ਇਹ ਸਾਡੇ ਹਿਸਾਬ ਨਾਲ ਲੇਗੀ ਮਾ ਵੈਰੀ ਗੁੱਡ ਜੀ ਤੁਹਾਡੇ ਹਿਸਾਬ ਨਾਲ ਕਿਉਂਕਿ ਇਹ ਮਜ ਲਿਫੀ ਨਹੀਂ ਹੈ ਔਰ ਹੁਣ ਵੀ ਜਿਹੜਾ ਹੈ ਨਾ ਇਹ ਝੋਟੀ ਦਾ ਲਿਬਾਸ ਵੀ ਚੈੱਕ ਕਰਨਾ ਔਰ ਥਣ ਵੀ ਚੈੱਕ ਕਰਨਾ ਵੱਖੀ ਧੁੰਨੀ ਕੋਲੀ ਔਰ ਅੱਡੀਆਂ ਮਾਸ਼ਾਅੱਲਾ ਜਨਾਬ ਕੱਚ ਦੀਆਂ ਜਿਹੜਾ ਹੈ ਨਾ ਇਹ ਜਨਾਬ ਮੁਕੰਮਲ ਤਸੱਲੀ ਕਰਨੀ ਔਰ ਫਿਰ ਲਿਬਾਸ ਦਾ ਰੰਗ ਸੁਰਖ ਹੋਵੇਗਾ ਮਾਸ਼ਾਅੱਲਾ ਜਨਾਬ ਚੰਗੀਆਂ ਵਾਲੀ ਜਿਹੜਾ ਹੈ ਨਾ ਇਹ ਨਿਸ਼ਾਨੀ ਲੋ ਜੀ ਭਾਈ ਨਸੀਰ ਥਾਣਾ ਦੀ ਤਸੱਲੀ ਹੈ ਨਾ ਥਾਣਾ ਦੀ ਭਾਰ ਦੀ ਦੰਦਾਂ ਦੀ ਜੀ ਇਹਨਾਂ ਤਿੰਨਾਂ ਚੀਜ਼ਾਂ ਦੀ ਘਰ ਗਈ ਜੀ ਸਾਡੀ ਤਸੱਲੀ ਹੈ ਵੈਰੀ ਗੁੱਡ ਜੀ ਬਾਕੀ ਦੁੱਧ ਪੁੱਤਰ ਜੀ ਪਾਏ ਦਾ ਲੈਣਾ ਨਸੀਬਾਂ ਦਾ ਜਿਹੜਾ ਹੈ ਨਾ ਔਰ ਹਾਜ਼ਰ ਮੌਕੇ ਜਿਹੜੀ ਤਸੱਲੀ ਬਣਦੀ ਹੈ ਨਾ ਥਾਣਾ ਦੀ ਭਾਰ ਦੀ ਔਰ ਦੰਦਾਂ ਦੀ ਜਿਹੜਾ ਨਾ ਇਹ ਤਸੱਲੀ ਹੋਵੇਗੀ ਬਾਕੀ ਗਾੜੀ ਵੀ ਫਿਲਹਾਲ ਵਹਾਸਣੀ ਔਰ ਗਾੜੀ ਵੀ ਤੇ ਪਛਾੜੀ ਦਾ ਵੀ ਜਿਹੜਾ ਥਣ ਹੈ ਨਾ ਇਹ ਭਰਾਵਾਂ ਨੇ ਚੈੱਕ ਕਰ ਲੈਣਾ ਕਿ ਮੁੱਠ ਮੁੱਠ ਮਾਸ਼ਾਅੱਲਾ ਜਨਾਬ ਝੋਟੀ ਨੂੰ ਹਣ ਲੱਗੇ ਆ ਲੱਤ ਬਰੀਕ ਹੋਵੇਗੀ ਖੁਰ ਜਿਹੜਾ ਨਾ ਇਹ ਝੋਟੀ ਦਾ ਗੋਲ ਹੋਵੇਗਾ ਤੇ ਫਿਰ ਸਿਰਫ ਪੂਛਲ ਜਿਹੇ ਵਾਲ ਚਿੱਟੇ ਨੇ ਅੱਖਾਂ ਵੀ ਦੋਵੇ ਕਾਲੀਆਂ
ਇੱਕੋ ਜਿਹੀਆਂ ਜਿਹੜਾ ਨਾ ਲੋ ਜੀ ਭਾਈ ਨਸੀਰ ਕਿੰਨੇ ਦੀ ਜਨਾਬ ਨੇ ਝੋਟੀ ਰੇਸ ਨਹੀਂ ਭਾਈ ਸਾਹਿਬ ਮਾਜ ਜਿੱਥੇ ਤੁਰੀ ਆ ਤੁਸੀਂ ਵੀ ਗੌਰ ਕੀਤਾ ਜਾਂ ਨਹੀਂ ਭਰਾਵਾਂ ਨੂੰ ਦੱਸਣਾ ਮੇਰਾ ਫਰਜ਼ ਬਣਦਾ ਕਿ ਗਲਤ ਬਿਆਨੀ ਕਰਕੇ ਜਾਨਵਰ ਨਹੀਂ ਦੇਣਾ ਮਾਜ ਪਿਛਲੀ ਖੱਬੀ ਲੱਤ ਨੂੰ ਥੋੜੇ ਜੀ ਜਾਂ ਸਰਨ ਬਣਾਉਂਦੀ ਹੈ ਜਾਂ ਬੋਰ ਬਣਾਉਂਦੀ ਹੈ ਇਸਲੇ ਖੁੱਲ ਕੇ ਟੁੱਟਦੀ ਹੈ ਸਿਰਫ ਜਿਸਲੇ ਟੁਰਨ ਲੱਗ ਗਈ ਇਸਲੇ ਮਾਜ ਟੁਰ ਪਵੇ ਜਾਂ ਮਤਲਬ ਖਾਣ ਪੀਣ ਲੱਗ ਪਈ ਹੈ ਟੁੱਟਦੀ ਹੈ ਕੋਈ ਮਾਜ ਨੂੰ ਮਸਲਾ ਨਹੀਂ ਹੈ ਹੋ ਗਿਆ ਜਨਾਬ ਦੱਸਿਆ ਤਾਂ ਹੈ ਕੋਈ ਬੰਦਾ ਆਵੇ ਗਲਤ ਬਿਆਨੀ ਕਰਕੇ ਜਾਨਵਰ ਨਹੀਂ ਦੇਣਾ ਵੈਰੀ ਗੁੱਡ ਜੀ ਦੇਖੋ ਜੀ ਗੱਲ ਜਿਹੜੀ ਹੈ ਨਾ ਜੈਨੂਇਨ ਉਹ ਵੀਡੀਓ ਮੇਰੀ ਘਰ ਸੜਨੀ ਹੈ ਤਾਂ ਕਿ ਜਿੱਥੋਂ ਵੀ ਕੋਈ ਭਰਾ ਟੁਰੇ ਉਸ ਬੰਦੇ ਨੇ ਇਸ ਗੱਲ ਨੂੰ ਮੱਦੇ ਨਜ਼ਰ ਰੱਖਣਾ ਕਿ ਗੱਲ ਵੀਡੀਓ ਚ ਜਿਹੜਾ ਨਾ ਇਹ ਨਸੀਰ ਨੇ ਕੀਤੀ ਹੈ ਤੁਸੀਂ ਭਾਈ ਨਸੀਰ ਕਿੰਨੇ ਦੀ ਜਨਾਬ ਨੇ ਝੋਟੀ ਦੇ ਸੜਨੀ ਭਾਈ ਸਾਹਿਬ 19-20 ਦਾ ਮਸਲਾ ਨਾ ਹੁੰਦਾ ਜੀ ਝੋਟੀ 5 ਲੱਖ ਦੀ ਹੈ ਠੀਕ ਹੋ ਗਿਆ ਜਨਾਬ ਤੇ ਅਸੀਂ ਨਾ 4.5 ਨਾ 5.5-4 ਵੀ ਨਹੀਂ ਦਾ ਬੋਲ ਕਰਨਾ ਵੈਰੀ ਗੁੱਡ ਜਨਾਬ ਜਾਂ ਭਰਾਵਾਂ ਨਾਲ ਬਿਲਕੁਲ ਦੀਦ ਲਿਹਾਜ਼ ਕਰਕੇ ਗੱਲ ਆਪੂ ਦੱਸੀਏ ਕਿਉਂਕਿ ਬਾਅਦ ਭਰਾ ਫੋਨ ਤੇ ਪਏ ਆਖਦੇ ਨੇ ਝੋਟੀ ਨੂੰ ਆਇਆ ਜਾਂ ਤੂੰ ਜਾ ਠੀਕ ਹੈ ਸਾਨੂੰ ਸਾਰੀਆਂ ਗੱਲਾਂ ਦਾ ਪਤਾ ਅਸੀਂ ਵੀ ਖਰੀਦ ਕੇ ਲਿਆਂਦੀ ਜੀ ਬਿਲਕੁਲ ਜਨਾਬ ਝੋਟੀ ਫਾਈਨਲ ਜਿਹੜੇ ਪੈਸੇ ਦੇ ਲੈ ਲੈਣੇ 4,15,000 ਰੁਪਇਆ ਜਾ ਰਾਜ਼ੀ ਆ ਤੇਰੇ ਤੋਂ ਜਿਸ ਭਰਾ ਨੂੰ ਪਸੰਦ ਆਵੇ ਨਾ ਲਓ ਜੀ 4,15,000 ਰੁਪਈਏ ਦੀ ਜਨਾਬ ਝੋਟੀ ਵੀ ਤੇ ਮੁੱਲ ਵੀ ਇਹ ਵੀ ਜਨਾਬ ਵੇਖਣਾ ਤੇ ਅੱਗੇ ਖੋਲੋ ਜੀ ਨੰਬਰ ਜਿਹੜੀ ਹੈ ਨਾ 3 ਔਰ ਅੱਜ ਦੀ ਵੀਡੀਓ ਦੀ ਆਖਰੀ ਜਿਹੜਾ ਹੈ ਨਾ ਮਜ਼ਾ ਆ ਗਈ ਜਨਾਬ ਭਰਾਵਾਂ ਦੇ ਸਾਹਮਣੇ ਔਰ ਭਾਈ ਨਸੀਰ ਸੁਬਾ ਕੀ ਲੈਣਾ ਜੇ ਮਜੇ ਨੇ ਭਾਈ ਸਾਹਿਬ ਮਾਲਕ ਦੂਸਰਾ ਆਉਂਦੇ ਨੇ ਅਸੀਂ ਤੀਸਰਾ ਦੱਸਾਂਗੇ ਵੈਰੀ ਗੁੱਡ ਜਨਾਬ ਤੁਹਾਡਾ ਤਜਰਬਾ ਅੰਦਾਜ਼ਾ ਇਹ ਤੀਸਰਾ ਕਹਿੰਦਾ ਤੇ ਤੀਸਰਾ ਹੀ ਜਿਹੜਾ ਹੈ ਨਾ ਇਹ ਦੱਸਣਾ ਤੇ ਫਿਰ ਮੱਝ ਦੁੱਧ ਵਾਲੀ ਜਿਹੜਾ ਮੱਝ ਭਾਈ ਬੜੀ ਤਸੱਲੀ ਵਾਲੀ ਹੈ ਘਰੇ ਜੋ ਮੱਝ ਲਈ ਜੇ ਤੇ ਨਾ ਕਿਸੇ ਮੰਡੀ ਤੋਂ ਆਈ ਜੇ ਨਾ ਕਿਸੇ ਦੂਰੋਂ ਲਿਆਂਦੀ ਹੈ ਜੀ ਜੀ ਪਿਛਲਾ ਸੂਆ ਇਹਦਾ ਤੱਕੇ ਆ ਜੀ ਲੋ ਜੀ ਵੇਖੀ ਤੱਕੀ ਹੈ ਨਾ ਮੱਝ ਜਨਾਬ ਇਹ ਹੁਣ ਸੁਬਾ ਲੈਣਾ ਸੋ ਤੀਸਰਾ ਜਿਹੜਾ ਹੈ ਨਾ ਔਰ ਵੇਖੀ ਤੱਕੀ ਹੈ ਮੁੱਛ ਬੱਗੀ ਹੈ ਅੱਖਾਂ ਦੋਵੇ ਇੱਕੋ ਜਿਹੀਆਂ ਨੇ ਫਿਰ ਹੱਡੀ ਜਿਹੜੀ ਹੈ ਨਾ ਇਹ ਚੈੱਕ ਕਰਨੀ ਹੈ ਇੱਕ ਦੇ ਵਿੱਚ ਹੋਵੇਗੀ ਔਰ ਲਿਬਾਸ ਮਾਸ਼ਾਅੱਲਾ ਜਨਾਬ ਹੁਣ ਵੀ ਚੈੱਕ ਕਰਨਾ ਤੇ ਇਹ ਕਿੰਨੇ ਕੁ ਦਿਨ ਮੱਝੀ ਲੈ ਜਾਣੇ ਨੇ ਭਾਈ ਮੱਝ ਮੇਰੀ ਇਹ 2 ਵਾਰਾਂ ਪੂਰੀਆਂ ਕੱਚੀ ਹੈ ਮੱਝੀ ਇਹ 15 ਦਿਨ ਕੱਚੀ ਹੈ ਮੱਝ ਮਾਸ਼ਾਅੱਲਾ ਜਨਾਬ ਭਾਈ 23-24 ਤਰੀਕ ਜਾ ਕੇ ਦਿਹਾੜੇ ਪੂਰੇ ਹੁੰਦੇ ਜੇ ਲੋ ਜੀ 23-24 ਤਰੀਕ ਨੂੰ ਜਿਹੜਾ ਹੈ ਨਾ ਅੱਜ ਇਹ ਕਿਉਂਕਿ 10 ਤਰੀਕ ਹੈ ਔਰ ਮਾਸ਼ਾਅੱਲਾ 13-14 ਦਿਨ ਜਿਹੜਾ ਹੈ ਨਾ ਇਸ ਮੱਝੀ ਦੇ ਜਨਾਬ ਬਾਕੀ ਨੇ ਤੇ ਫਿਰ ਕੰਢ ਜੋੜ ਔਰ ਲਿਬਾਸ ਹਣ ਜਿਹੜਾ ਹੈ ਨਾ ਇਹ ਮੱਝੀ ਦਾ ਜਨਾਬ ਚੈੱਕ ਕਰਨਾ ਤੇ ਭਾਈ ਨਸੀਰ ਕੀ ਕੁ ਦੁੱਧ ਚੁਆਂਦੀ ਰਹੀ ਹੈ ਭਾਈ ਸ਼ਾਨ ਮਾਲਕ ਤੇ ਇਹਦਾ 20 ਸਿਰ ਦੱਸਦੇ ਰਹੇ ਸਾਰਾ ਦੁੱਧ ਠੀਕ ਹੈ ਅਸੀਂ ਉਹ ਚਲੋ ਸੂਏ ਸੂਏ ਦੀ ਗੱਲ ਹੈ ਜੀ ਮੇਰੀ ਮੱਝ ਹੁਣ ਵੀ 17-18 ਸਿਰ ਹੈ ਸੂਏ ਨਾ ਤੇ ਅਸੀਂ ਚੋਖਾ ਨਹੀਂ ਦੱਸਣਾ ਠੀਕ ਗਲਤ ਗੱਲ ਹੁੰਦੀ ਹੈ ਕਿਉਂਕਿ ਸੂਆ ਰਾਸ ਆਏ ਦੀ ਗੱਲ ਹੈ ਜੀ ਠੀਕ ਹੈ ਤੇ 17-18 ਕਿਲੋ ਇਹਨੂੰ ਕੱਖ ਵੀ ਨਹੀਂ ਆਦਾ ਇਹਨੇ ਨਹੀਂ ਦੇਣਾ ਦੇਣਾ ਕਿੰਨੇ ਇਹਦੇ ਮੂੰਹ ਤੇ ਪੈਂਦਾ ਪੈਂਦਾ ਜਿੰਨਾ ਵਜੂਦ ਹੈ ਲਿਬਾਸ ਹੈ ਔਰ ਥਣ ਹੈ ਜਿਹੜਾ ਹੈ ਮਾਸ਼ਾਅੱਲਾ ਜੀ ਔਰ ਫਿਰ ਚੰਗੀਆਂ ਦੀ ਨਿਸ਼ਾਨੀ ਲਿਬਾਸ ਦੇ ਵਿੱਚ ਦੋਵਾਂ ਸਾਈਡਾਂ ਦੇ ਇਹ ਮੌਜੂਦ ਹੈ ਫਿਰ ਇਹ ਤੇ ਸਿਰਫ ਤਲੀ ਪੱਟੀ ਹੈ ਨਾ ਇਹ ਕੁਝ ਵੀ ਨਹੀਂ ਹੈ ਭਾਈ ਸਾਹਿਬ ਦਿਲ ਕੋ ਨਹੀਂ ਹੈ ਵੀਡੀਓ ਦੱਸ ਰਹੇ ਨੇ ਡੰਗਰ ਇੱਕ ਦੋ ਹੋਰ ਨਾ ਲਿਆ ਉਹ ਵਿਕ ਗਏ ਯਾਰ ਮੈਂ ਕਿਹਾ ਚਲੋ ਇਹਨੂੰ ਵੀ ਜਾਣ ਦਿਓ ਜੀ ਠੀਕ ਹੋ ਗਿਆ ਜਨਾਬ ਔਰ ਫਿਰ ਥਣ ਜੁਰਤ ਵਾਲਾ ਮਾਸ਼ਾਅੱਲਾ ਜਨਾਬ ਪਾਵਰ ਵਾਲਾ ਜਿਹੜਾ ਇਹ ਮੱਝੀ ਨੂੰ ਜਨਾਬ ਥਣ ਲੱਗੇ ਆ ਲੋ ਜੀ ਭਾਈ ਨਸੀਰ ਕਿਸੇ ਭਰਾ ਨੂੰ ਪਸੰਦ ਆਵੇ ਨਾ ਵੈਰੀ ਗੁੱਡ ਜਨਾਬ ਆਪਣੀ ਖਰੀਦੀ ਦੇ ਮੁੱਲ ਆਉਣਾ ਖਰੀਦੀ ਦੇ ਜਿਸ ਤਰ੍ਹਾਂ ਦੀ ਖਰੀਦ ਉਸੇ ਤਰ੍ਹਾਂ ਆਪਣੀ ਰੋਜ਼ੀ ਜਾਇਜ਼ ਦੀ ਲੈ ਕੇ ਜਿਹੜਾ ਨਾ ਇਹ ਕਿੰਨੇ ਦੀ ਜਨਾਬ ਨੇ ਝੋਟੀ ਦੇ ਸਕਣੀ ਭਾਈ ਸਾਹਿਬ ਨਹੀਂ ਤੇਰੀ ਭਰਾਵਾਂਗੇ ਇੱਕੋ ਹੀ ਗੁਜ਼ਾਰੇ ਚ ਮਾਜ ਸਮਝ ਆਈ ਤੇ ਮੰਗ ਲੈਣੀ ਹੈ ਨਾ ਆਵੇ ਤੇ ਬਹਿਸ ਨਹੀਂ ਕਰਨੀ ਜੀ ਠੀਕ ਮਾਜ ਜੇ ਰਹੀ ਮੇਰੇ ਕੋਲ ਅਗਲੇ ਵਾਰ ਇਨਸ਼ਾਅੱਲਾ ਜੇ ਕੋਈ ਦਿਹਾੜੇ ਦਸਾਂ ਬਾਅਦ ਦਾ ਦਰਸ਼ਨ ਜ਼ਰੂਰ ਕਰਾਂਗਾ
ਟਰਾਲੀ ਰੇਤ ਦੀ ਸੁਣਿਆ ਸੱਟ ਕੇ ਸਵਾਣੀ ਪਵੇਗੀ ਇਸ ਵੀਡੀਓ ਦਾ ਮੱਝ ਦਾ ਮੁੱਲ ਹੋਵੇਗਾ 4,35,000 ਰੁਪਇਆ ਤੇਰੇ ਤੋਂ ਅੱਜ ਜਿਸ ਭਰਾ ਨੂੰ ਪਸੰਦ ਆਵੇ 4,30,000 ਮੱਝ ਵੀ ਵੇਖਣੀ ਔਰ ਮੱਝੀ ਦਾ ਜਿਹੜਾ ਮੁੱਲ ਹੈ ਨਾ ਉਹ ਵੀ ਭਰਾਵਾਂ ਨੇ ਵੇਖਣਾ ਤੇ ਅਗਲਾ ਫੈਸਲਾ ਜਿਹੜਾ ਹੈ ਨਾ ਉਹ ਭਰਾਵਾਂ ਕੋਲ ਲਓ ਜੀ ਨੰਬਰ ਇੱਕ 3,85,000 ਹੈ ਹਾਂਜੀ ਔਰ ਨੰਬਰ ਦੋ ਜਨਾਬ ਅੱਗੇ ਜਿਹੜੀ ਇਹਨੇ 4,15,000 ਨੰਬਰ ਜਿਹੜੀ ਇਹਨਾਂ ਜੀ ਅੱਗੇ 3 ਤੇ ਆਖਰੀ ਜਿਹੜੀ ਹੈ ਨਾ ਇਹਦਾ ਜਨਾਬ 4,35,000 ਬਿਲਕੁਲ ਜਿਸ ਭਰਾ ਨੂੰ ਪਸੰਦ ਆਵੇ ਅੱਜ ਦੀ ਵੀਡੀਓ ਦੇ ਵਿੱਚ ਇਹੀ ਨੇ ਨਾ ਤਿੰਨ ਜੀ ਇਹੀ ਤਿੰਨ ਭਾਈ ਸਿਆਣ ਲਓ ਜੀ ਤਿੰਨੇ ਜਨਾਬ ਹਾਸੜੀਆਂ ਨੇ ਇੱਕ ਵਾਰੀ ਭਾਈ ਨਸੀਰ ਨੰਬਰ ਬੋਲੋ ਜਿਹੜਾ ਸਕਰੀਨ ਤੇ ਲਾਣਾ ਜੇ 0305-76-386-337 ਫੇਰ ਇੱਕ ਵਾਰੀ ਬੋਲੋ 0305-76-386-337 ਦੂਜਾ ਵੀ ਲਾਣਾ ਹੈ ਨਾ ਜੀ ਦੂਜਾ ਵੀ ਬੋਲੋ 0316-76-86-230 ਵੈਰੀ ਗੁੱਡ ਜਨਾਬ ਲਓ ਜੀ ਦੋਵੇਂ ਨੰਬਰ ਇਹ ਸਕਰੀਨ ਤੇ ਲੱਗ ਜਾਣਗੇ ਦੋਵਾਂ ਤੋਂ ਕਿਸੇ ਦੇ ਰਾਬਤਾ ਕਰਕੇ ਨਾ ਆਪਣਾ ਸੌਦਾ ਜਿਹੜਾ ਜੀ ਪੈਨ ਕਰ ਲੈਣਾ ਤੇ ਬਾਕੀ ਅੱਲਾ ਪਾਕ ਰੱਖੇ ਖੈਰ ਇਸ ਵੀਡੀਓ ਦੇ ਨਾਲ ਜਨਾਬ ਇਜਾਜ਼ਤ ਚਾਹਵਾਂਗੇ ਇਨਸ਼ਾਅੱਲਾ ਅਗਲੀ ਵੀਡੀਓ ਦੇ ਨਾਲ ਫੇਰ ਹਾਜ਼ਰ ਹੋਵਾਂਗੇ ਨਿਨਾਰਾ ਮਾਰਨਾ ਜੀ ਪਾਕਿਸਤਾਨ ਜ਼ਿੰਦਾਬਾਦ ਪਾਕ ਕੋਟ ਪੈਂਦਾਬਾਦ।